नमस्कार दोस्तों, द फैक्ट टाइम में आपका स्वागत है। हमारे साथ नसीब कौर जी हैं जो 40 सालों से डेरा सच्चा सौदा में आ रही हैं। इनसे जानते हैं कि 40 सालों में इन्होंने कैसा माहौल देखा है डेरा सच्चा सौदा के अंदर, तमाम बातें इनसे जानते हैं और इनकी बात सीधी आपको दिखाते हैं। नमस्कार जी। असं यही माहौल देखते हैं भी जो कोई गरीब बच्चियाँ किसी तो ब्याहियां नहीं जाती, उन्होंने ब्याह करने, जे कोई गरीब है, बीमार है, बीमारी के तोड़े पैसे तोड़े मरदा है, वह इलाज करवाना। जे कोई गरीब बैठा है जगह तो खाली, वो जगह पानी है। तो इदू बाद भी जे कोई किसी रोटी टुक नहीं पकता, उन्होंने खाना इकट्ठा करो, खाना करके दो बना के। सारा संगत का काम है। 1982 से जुड़े हुए हैं। 40 साल से लगातार आ रहे हो। हाँ, इतने लंबे समय से। हाँ जी। आपके घर से बेटियां भी आती हैं? हाँ, बेटियां भी आउंदियां ने, बेटे भी आउंदे ने, पर आप भी आउंदे, नूहा भी आउंदियां, दो आइयां भी ने। कदे भी अलग तरीके दा माहौल देखिया? ना, आपां तां देखिया नहीं। भी जिहड़े कहिंदे ने उही जाणदे आ। आपां नूं तां इस बारे 1982 तों लैके जुड़े आ, आपां कुछ नहीं देखिया। आपां नूं तां इही सिखाया बच्चियां अड रहिंदियां, देख भाई अड रहिंदे, अलग अलग गेट है इहनां बारे, कोई इधर आ नहीं सकता। जिम्मेदार बाई है जिहड़ा, उही आके इधर भैणां तों कम लैंदे। ਜਿਹੜੇ ਹਾਂ ਵੀ ਜਿਹੜੇ ਹੁਣ ਆਹ ਵੀ ਦਾਲ ਪਾਣੀ ਚੀਰਨਾ, ਉਹੀ ਟੋਕਰੇ ਤੱਕ ਜਾਣਗੇ, ਗੇਟੋਂ ਅੰਦਰ ਨਹੀਂ ਹੁੰਦੇ ਉਹ। ਗੁਰੂ ਜੀ ਦਾ ਸੁਭਾਅ ਕਿਵੇਂ ਦਾ? ਗੁਰੂ ਜੀ ਦਾ ਸੁਭਾਅ ਅਸੀਂ ਇਹੀ ਕਹਿੰਦੇ ਵੀ ਛੇਤੀ ਤੋਂ ਛੇਤੀ ਆਉਣਾ। ਸੁਭਾਅ ਉਹਨਾਂ ਦਾ ਸੁਭਾਅ ਕਿਵੇਂ ਦਾ, ਨੇਚਰ ਕਿਵੇਂ? ਸੁਭਾਅ ਉਹਨਾਂ ਦਾ ਬਹੁਤ ਵਧੀਆ। ਉਹਨਾਂ ਵਰਗਾ ਦੁਨੀਆਂ 'ਤੇ ਕੋਈ ਜੱਗ 'ਤੇ ਨਾ ਆਇਆ ਨਾ ਆਉਣਾ। ਇਹੋ ਜਿਹਾ ਕੀ ਕੀਤਾ ਉਹਨਾਂ ਨੇ ਸਮਾਜ ਦੇ ਲਈ? ਇਹੋ ਜਿਹਾ ਉਹਨਾਂ ਨੇ ਕਰਿਆ, ਦੁਨੀਆਂ ਨੂੰ ਜੋੜਿਆ, ਚੰਗਾ ਉਹਨਾਂ ਨੇ ਸੋਚਿਆ, ਚੰਗਾ ਹੀ ਉਹਨਾਂ ਨੇ ਦੇਖ ਲੋਕਾਂ ਨੂੰ, ਬੱਚਿਆਂ 'ਚ ਜਿਨ੍ਹਾਂ ਦੀ ਪੜ੍ਹਾਉਣ ਦੀ ਉਹ ਨਹੀਂ ਗੀ, ਉਹਨਾਂ ਨੂੰ ਪੜ੍ਹਾਉਣਾ, ਮਾਂ ਪਿਓ 'ਚ ਗੁੰਜਾਇਸ਼ ਨਹੀਂ ਵੀ ਬੱਚੇ ਪੜ੍ਹ ਨਹੀਂ ਸਕਦੇ, ਪੜ੍ਹਾਈ ਤੌਰ 'ਤੇ ਬੱਚੇ ਰਹਿ ਸਕੇ ਕਿ ਉਹ ਹੋ ਜਾਣਗੇ, ਹੈ ਵੀ ਇਹਨਾਂ ਤੋਂ ਪੜ੍ਹਾਈ ਨਹੀਂ ਹੋਣੀ, ਨਲਾਇਕ ਬੱਚੇ ਹੋ ਜਾਣਗੇ, ਉਹਨਾਂ ਨੂੰ ਪੜ੍ਹਾਓ। ਉਹ ਵੀ ਸਾਹ ਸੰਗਤ ਕਰਦੀ ਰਹੀ ਹੈ, ਹੈ ਵੀ ਜੇ ਹੁਣ ਗਰੀਬ ਬੱਚੀਆਂ ਨੂੰ ਵੀ ਵਿਆਹੋਣਾ, ਮੁਟਿਆਰਾਂ ਹੋ ਗਈਆਂ ਉਹਨਾਂ ਨੂੰ ਵਿਆਹੋ, ਜੇ ਭੁੱਖੇ ਹੈਗੇ ਰੋਟੀ ਨਹੀਂ ਪੱਕਦੀ ਉਹਨਾਂ ਨੂੰ ਰੋਟੀ ਵੀ ਖਵਾਓ, ਹੈ ਜੇ ਹੁਣ ਵੀ ਆਏ ਕਿਸੇ ਕੋਈ ਜਗ੍ਹਾ 'ਤੇ ਤੋੜੇ ਬੈਠਾ ਹੈ ਉਹਨਾਂ ਨੂੰ ਜਗ੍ਹਾ ਵੀ ਬਣਾ ਕੇ ਦਿਓ। ਇਹੀ ਉਹਨਾਂ ਨੇ ਸਾਨੂੰ ਸਿੱਖਿਆ ਸੁਣਾਈ ਹੈ, ਇਹੀ ਅਸੀਂ ਵਰਤਦੇ ਹਾਂ। ਜਿਹੜੀ ਕੋਈ ਹੁਣ ਅਸੀਂ ਤਾਂ ਇਹੀ ਕਹਿੰਦੇ ਪਿਤਾ ਜੀ ਜਲਦੀ ਤੋਂ ਜਲਦੀ ਆਉਣ, ਵੀ ਨਾ ਇਹਦੇ ਵਰਗਾ ਦੁਨੀਆਂ 'ਤੇ ਹੈ ਨਾ ਕੋਈ ਹੋ ਸਕਦਾ। ਜਿਹੜੇ ਆਰੋਪ ਇਹਨਾਂ 'ਤੇ ਲਗਾਏ ਜਾ ਰਹੇ ਆ, ਉਹ ਆਰੋਪ ਲਗਾਉਂਦੇ ਲੋਕ ਸਰਕਾਰਾਂ ਝੂਠੀਆਂ ਝੂਠੀਆਂ ਸਰਕਾਰਾਂ ਨੂੰ, ਨਤੀਜਾ ਆਪ ਹੀ ਆ ਜੂ। ਸੱਚ ਤਾਂ ਸੱਚ ਹੀ ਹੁੰਦਾ, ਝੂਠ ਝੂਠ ਹੀ। ਟੀ ਵੀ 'ਚ ਵੀ ਦਿਖਾਇਆ ਜਾ ਰਿਹਾ ਸੀ ਬਹੁਤ ਕੁਛ। ਟੀ ਵੀ 'ਚ ਦਿਖਾਉਂਦੇ, ਅਸੀਂ ਉਹ ਜ਼ਿੰਦਗੀ 'ਚ ਦੇਖਿਆ ਹੀ ਨਹੀਂ। ਜਿਹੜੀਆਂ ਜਗ੍ਹਾ ਉਹ ਦਿਖਾਉਂਦੇ ਆ, ਉਹ ਡੇਰੇ ਦੇ ਵਿੱਚ ਜਗ੍ਹਾ ਹੈ ਹੀ ਨਹੀਂ। ਅਸੀਂ ਉਹ ਜਗ੍ਹਾ ਅਸੀਂ ਤਾਂ ਦੇਖੀ ਨਹੀਂ 40 ਸਾਲਾਂ ਦੀ, ਉਹਨਾਂ ਨੇ ਕਿੱਥੇ ਬਣਾ ਲਈ, ਕਿੱਥੇ ਦੇਖੀ ਜਗ੍ਹਾ ਉਹਨਾਂ ਨੇ, ਜਿਹੜੀ ਉਹ ਦਿਖਾ ਰਹੇ ਨੇ ਉਹ ਐਡੀ ਝੂਠੀ ਕਿਉਂ ਦੂਨ ਲੱਥ ਗਲਤ ਗੱਲਾਂ ਕਹਿੰਦੇ ਨੇ। ਜੇ ਹੁਣ ਆਪਾਂ, ਮੈਂ ਖੜੀ ਹਾਂ, ਮੇਰੇ ਐਨਕਾਂ ਵੀ ਲਾ ਸਕਦੇ ਨੇ ਮੋਬਾਈਲ ਵਾਲੇ, ਮੇਰੇ ਟੋਪੀ ਵੀ ਲਾ ਦੇਣਗੇ, ਮੇਰੇ ਸੁਰਖੀ ਵੀ ਲਾ ਦੇਣਗੇ, ਮੈਂ 40 ਸਾਲਾਂ ਤੋਂ ਲੈ ਕੇ ਮੈਂ ਸੁਰਖੀ ਲਾ ਕੇ ਨਹੀਂ ਦੇਖੀ, ਹੈ ਮੈਨੂੰ ਗਲਤ ਵੀ ਬਣਾ ਸਕਦੇ ਆ, ਮੇਰੇ ਨੌਜਵਾਨ ਮੁੰਡਾ ਵੀ 40 'ਚ ਪਾ ਸਕਦੇ ਆ, ਹੈ ਅਤੇ ਨੌ ਕੇ ਉਹੀ ਗੱਲ ਕਿ ਬੁੜਿਆਂ ਨੂੰ ਵੀ ਲੱਤਾਂ 'ਤੇ ਬਹਾ ਸਕਦੇ ਨੇ, ਵੀਡੀਓ ਕੁਛ ਵੀ ਕਰ ਸਕਦਾ। ਇਸ ਤਰ੍ਹਾਂ ਹੋਇਆ ਇਹ ਇਸ ਤਰ੍ਹਾਂ ਹੋਇਆ ਹੈ। ਜਿਵੇਂ ਹੁਣ ਮੈਂ ਖੜੀ ਹਾਂ ਗੀ, ਜੇ ਮੈਂ ਸਿਰਫ ਮੇਰੇ ਐਨਕ ਵੀ ਲਾ ਦੇਣਗੇ, ਮੇਰੇ ਟੋਪੀ ਵੀ ਦੇ ਦੇਣਗੇ, ਮੇਰੇ ਸੁਰਖੀ ਵੀ ਲਾ ਦੇਣਗੇ, ਲਾ ਸਕਦੇ ਆ ਕਿ ਨਾ? ਫਿਰ ਇਸ ਤਰੀਕੇ ਨਾਲ ਕਿਉਂ ਕੀਤਾ ਜਾ ਰਿਹਾ ਇੱਕ ਸੰਗਤ ਦੇ? ਕਿਉਂ ਕਰਿਆਗਾ ਇਹ ਸੰਗਤ ਨੂੰ ਸਿੱਧੇ ਪਾਸੇ ਦੁਨੀਆਂ ਨੂੰ ਨਹੀਂ ਜਾਣ ਦਿੰਦੇ ਵੀ ਲੋਕ ਕਿਉਂ ਜੁੜੇ ਆ, ਇੰਨੀ ਇੱਧਰ ਇਹਨਾਂ ਦੀ ਸਾਹ ਸੰਗਤ ਜਾ ਰਹੀ ਆ, ਇਸ ਪਾਸਿਓਂ ਲੋਕ ਤੋੜ ਰਹੇ ਆ, ਹੈਂ ਲੋਕਾਂ ਦੇ ਮਨ ਚੰਗਾ ਕੋਈ ਨਹੀਂ, ਮੇਰੇ ਮਨ ਦਾ ਤੈਨੂੰ ਨਹੀਂ ਪਤਾ, ਤੇਰੇ ਦਾ ਮੈਨੂੰ ਨਹੀਂ ਪਤਾ। ਲੋਕ ਆਪਦੀਆਂ ਵਾਢੀਆਂ ਕਰਦੇ ਨੇ, ਇੱਥੇ ਆ ਕੇ ਸੱਚੇ ਸੌਦੇ 'ਤੇ ਆ ਕੇ ਰੋਸ ਲਾ ਰਹੇ ਨੇ, ਇੱਥੇ ਰੋਸ ਨਹੀਂ ਚੱਲਦਾ ਕਿਸੇ ਦਾ, ਇੱਥੇ ਰੋਸ ਨਹੀਂ ਕਿਸੇ ਦਾ ਚੱਲਦਾ, ਜਿੱਥੋਂ ਕੋਈ ਲਾ ਕੇ ਤਾਹਾਂ ਭੰਕ ਲਾ ਲਏ ਕਿਸੇ ਦਾ ਨਹੀਂ ਚੱਲਦਾ, ਉਹੀ ਝੂਠੇ ਹੋਣਗੇ। ਡੇਰਾ ਸੱਚਾ ਸੌਦਾ, ਸੱਚਾ ਸੌਦਾ ਹੀ ਰੂ, ਇਹਦਾ ਧਾਮ ਹੀ ਸੱਚੇ ਸੌਦੇ ਦਾ, ਸੱਚਾ ਸੌਦਾ ਬਣਾਇਆ ਪਿਆ, ਬਹੁਤ ਪੀੜ੍ਹੀਆਂ ਤਿੰਨ ਚੱਲ ਕੇ ਆ ਗਈਆਂ, ਹੈਂ ਇਹੀ ਹੈਗੇ ਇਹੀ ਰਹਿਣਗੇ। ਸੱਚਾ ਸੌਦਾ ਤਾਂ ਉਹ ਗੱਲ ਆ ਪੱਤੇ ਪੱਤੇ 'ਤੇ ਘੁੰਮਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਕਿ ਅੱਜ ਗੁਰੂ ਜੀ ਦੀ ਜ਼ਰੂਰਤ ਹੈ ਸਮਾਜ? ਹਾਂ ਅਸੀਂ, ਹਾਂ ਆਊਗਾ, ਸਾਨੂੰ ਤਾਂ ਉਮੀਦ ਹੈ, ਮਨਮੁੱਖਾਂ ਨੂੰ ਉਮੀਦ ਨਹੀਂ, ਸਾਨੂੰ ਉਮੀਦ ਹੈ, ਅਸੀਂ ਉਸੇ ਦਾ ਕਰਕੇ ਸੇਵਾ ਕਰਦੇ ਹਾਂ, ਸਾਨੂੰ ਕੋਈ ਸੇਵਾ 'ਤੇ ਰੋਕ। ਕਿੰਨੇ ਕੁ ਲੋਕ ਅੱਜ ਉਹਨਾਂ ਦੇ ਨਾਲ, ਹੈ ਕਿੰਨੇ ਕੁ ਲੋਕ? ਉਹਨਾਂ ਦੇ ਲੋਕ ਤਾਂ ਉਹਨਾਂ ਦਾ 9 ਅੱਜ ਕੱਲ੍ਹ ਵੀ 7 ਕਰੋੜ ਲੋਕ ਹੈ, ਸਾਹ ਸੰਗਤ ਜੁੜੀ ਹੈ। ਜਿਵੇਂ ਹੁਣ ਲੋਕ ਲਾ ਲਾ ਵੀ ਪਾਰਟੀਆਂ ਤੋਂ ਡਰਦੇ ਲੋਕ ਬੈਠੇ, ਜਿਵੇਂ ਹੁਣ ਲਾ ਲਾ ਵੀ ਮੈਂ ਇਹਦਾ ਬੰਦਾ ਹੈ, ਮੈਂ ਇੱਧਰ ਜਾਂਦਾ ਨਹੀਂ, ਹੈਂ ਉਹ ਕੋਈ ਹੁਣ ਲਾਲਚਾਂ ਦੇ ਵਿੱਚ ਫਸੇ ਨੇ, ਅਖਬਾਰ ਤਾਂ 2-2 ਰੁਪਈਆਂ ਦੇ ਅਖਬਾਰ ਨੇ, ਅਤੇ 50-50 ਰੁਪਈਆਂ ਨੂੰ ਅਖਬਾਰ ਵਿਕ ਰਹੇ ਨੇ ਪੈਸੇ ਦੇ ਤੌਰ 'ਤੇ,
ਲੋਕਾਂ ਨੂੰ ਨਿੰਦਕ ਕਰਨ ਦੀ ਵਾਸਤੇ ਜੇ ਕੋਈ ਗੁਰੂ ਨੇ ਇਹ ਜੇ ਝੂਠੇ ਲਾ ਕੇ ਉਹਦਾ ਕਿਤੇ ਪੱਤਾ ਨਹੀਂ ਰਹਿੰਦਾ ਕੀ ਅਪੀਲ ਕਰੋਗੇ ਤੁਸੀਂ ਸਰਕਾਰ ਨੂੰ ਅਸੀਂ ਤਾਂ ਇਹੀ ਕਹਿੰਦੇ ਵੀ ਸਰਕਾਰ ਚ ਜਿਹੜਾ ਕੁਝ ਕਰਤਾ ਸਰਕਾਰ ਨੇ ਬਹੁਤ ਕੁਝ ਕਰਤਾ ਅੱਗੇ ਵਾਸਤੇ ਸਰਕਾਰ ਚੰਗਾ ਸੋਚੇ ਨੇਕ ਬਣ ਕੇ ਦਿਖਾਵੇ ਗੁਰੂ ਜੀ ਬਾਰੇ ਕੀ ਅਪੀਲ ਗੁਰੂ ਵਾਸਤੇ ਅਸੀਂ ਇਹੀ ਕਹਿੰਦੇ ਵੀ ਗੁਰੂ ਵਾਸਤੇ ਅਪੀਲ ਸਾਡੀ ਇਹੀ ਹੈ ਵੀ ਗੁਰੂ ਨੂੰ ਜਲਦੀ ਤੋਂ ਜਲਦੀ ਭੇਜਣ ਨਾਲੇ ਜਿਹੜੇ ਆਪ ਗਲਤੀਆਂ ਕਰਦੇ ਆ ਕੇ ਮਾਫੀ ਲੈਣ जी बहुत बहुत धन्यवाद लगातार हाँ। मांग है जो सिंह डॉक्टर गुरमीत हाँ। राम रीम सिंह जिंसा के लिए समाज हाँ। के अंदर बढ़ते जा रही है लगातार पब्लिक आपके सामने आकर बोल रही है आप लोग भी अपनी राय कमेंट बॉक्स में डालते रहिए देखते रहिए द फैक्ट आई और सच का साथ दीजिए चैनल को सब्सक्राइब कीजिए बहुत बहुत धन्यवाद